ਹਾਂਜੀ ਸਤ ਸ੍ਰੀ ਅਕਾਲ ਸਭ ਨੂੰ ਮੈਂ ਆਦਲ ਜਮਾਲ ਤੁਸੀਂ ਦੇਖ ਰਹੇ ਹੋ ਬੀਸੀ ਪੰਜਾਬੀ ਲੋਜੀ ਤਾਂ ਜੀ ਖਾਸ ਕਰਕੇ ਰਾਤਰਾ ਤੇ ਸ਼ੁਰੂ ਕਰਾਂਗੇ ਤੇ ਅੱਜ ਦੇ ਲਈ ਅਨਾਉਂਸ ਕੀਤਾ ਗਿਆ ਹੈ ਕਿ ਟ੍ਰੇਨ ਔਰ ਬੱਸਿਸ ਦੇ ਵਿੱਚ ਸਪੈਸ਼ਲ ਜਿਹੜੇ ਸਪੋਰਟਸ ਬੇਸ ਤੇ ਤਿਆਰ ਕੀਤੇ ਜਾਣਗੇ ਯਾਨੀ ਸਪੈਸ਼ਲ ਨਿਸ਼ਾਨ ਲੱਗੇ ਹੋਣਗੇ ਜਿੱਥੇ ਜਿੱਥੇ ਜਿੰਨੇ ਚਿਰ ਦੂਰ ਬੰਦਾ ਡਿਸਟੈਂਸ ਤੇ ਖੜਾ ਹੋਣਾ ਹੈ ਫਾਸਲੇ ਦੂਏ ਦੇ ਸਟਾਰਟ ਦੇ ਵਿੱਚ ਔਰ ਕਿਤੇ ਕਿਤੇ ਬੰਦੇ ਬੈਸ ਕੇ ਦੇ ਨੇ ਯਾਨੀ ਕਿ ਕੁਝ ਸੀਟਾਂ ਵਿੱਚ ਛੜੀਆਂ ਜਾਣਗੀਆਂ ਬੰਦੇ ਇਕੱਠੇ ਨਹੀਂ ਬੈਸ ਦੇ 1 ਮੀਟਰ ਡਿਸਟੈਂਸ ਬਣਾ ਕੇ ਰੱਖਣਾ ਹੈ ਤੇ ਕੋਵਿਡ-19 ਦੇ ਅਸੀਂ ਗੱਲ ਕਰੀਏ ਤੇ ਅੱਜ ਇਟਾਲੀ ਵਿੱਚ ਅੱਛਾ ਰਿਸਪੌਂਸ ਆਇਆ ਜਿਹੜੇ ਰਿਕਵਰ ਹੋਏ ਨੇ ਰਿਕارڈ ਰਿਕਵਰ ਹੋਏ ਬੰਦੇ ਤਕਰੀਬਨ 47493 ਬੰਦਾ ਰਿਕਵਰ ਹੋਇਆ 1872 ਬੰਦਾ ਜਿਹੜਾ ਇਹ ਇਨਫੈਕਟਡ ਹੋਇਆ 285 ਬੰਦੇ ਫੌਤ ਹੋਏ ਨੇ ਰਿਕارڈ ਬੰਦੇ ਘਟ ਹੋਏ ਨੇ ਪਿਛਲੇ ਤਕਰੀਬਨ ਡੇਢ ਮਹੀਨੇ ਤੋਂ ਜ਼ਿਆਦਾ ਟਾਈਮ ਤੋਂ ਤੇ ਪਲੱਸ ਰਿਕارڈ ਬੰਦੇ ਰਿਕਵਰ ਹੋਏ ਨੇ ਤੇ ਪਿਲਾਲ ਹਾਲਾਤ ਬਿਹਤਰੀ ਵੱਲ ਜਾ ਰਹੇ ਨੇ ਅਤੇ ਹੋਰ ਬਿਹਤਰ ਤੋਂ ਬਿਹਤਰ ਹੋ ਰਹੇ ਨੇ ਰਿਕਵਰ ਹੋਣ ਦੇ ਵਾਲਿਆਂ ਦੀ ਤਦਾਦ ਬਹੁਤ ਵਧ ਗਈ ਔਰ ਜਿਹੜੇ ਬੰਦੇ ਸਿਹਤਯਾਬ ਨੇ ਉਹ ਉਹਨਾਂ ਦੀ ਤਦਾਦ ਬਹੁਤ ਵਧ ਗਈ ਔਰ ਜਿਹੜੇ ਬੰਦੇ ਇਨਫੈਕਟਡ ਨਾ ਤਦਾਦ ਘੱਟ ਰਹੀ ਹੈ ਕੋਲਾਬਰੀਆ ਨੇ ਫਾਜ਼ੇ ਦੂਏ ਤੋਂ ਪਹਿਲੇ ਹੀ ਫਾਜ਼ੇ ਦੂਏ ਸਟਾਰਟ ਕਰ ਦਿੱਤੇ ਫਾਜ਼ੇ ਜੋ 4 ਅਪ੍ਰੈਲ ਆਉਣ 4 ਮਈ ਆਉਣ ਤੋਂ ਪਹਿਲੇ ਹੀ ਉਹਨਾਂ ਨੇ ਫਾਜ਼ੇ ਦੂਏ ਸਟਾਰਟ ਕਰ ਦਿੱਤੇ ਉਹਨਾਂ ਨੂੰ ਬਾਹਰਸ ਵਗੈਰਾ ਨੂੰ ਪਰਮਿਸ਼ਨ ਦੇ ਦਿੱਤੀ ਗਈ ਦੇ ਦਿੱਤੀ ਹੈ ਕਿ ਬੰਦੇ ਅੰਦਰ ਨਹੀਂ ਬੈਠ ਸਕਦੇ ਬਾਹਰ ਰੈਸਟੋਰੈਂਟ ਦੇ ਬੰਦੇ ਬਾਹਰ ਬਾਹਰ ਬੈਠ ਕੇ ਡਿਸਟੈਂਸ ਬਣਾ ਕੇ ਬੈਠ ਕੇ ਖਾਣਾ ਚਾਹਣਾ ਖਾ ਲੈਣ ਲੇਕਿਨ ਮਮਕਨ ਹੈ ਗਵਰਨਮੈਂਟ ਇਹ ਦੇਖ ਇਦਗੇਂਸਟ ਐਕਸ਼ਨ ਲਵੇ ਇਹਨਾਂ ਨੂੰ ਕੋਈ ਜੁਰਮਾਨਾ ਕੁਲਬਰੀਆ ਨੂੰ ਇਹ ਦੇ ਕੁਲਬਰੀ ਨੂੰ ਕੀਤਾ ਜਾ ਸਕਦਾ ਹੈ ਕੋਈ ਮੂਲਦਾ ਕੀਤਾ ਜਾ ਸਕਦਾ ਕਿਉਂਕਿ ਇਹ ਟਾਈਮ ਤੋਂ ਪਹਿਲੇ ਹੀ ਇਹਨਾਂ ਨੇ ਫਾਇਦੇ ਦੂਏ ਸਟਾਰਟ ਕਰ ਦਿੱਤੇ 300 350 ਮਿਲੀਅਨ ਜਿਹੜੇ ਨੇ ਯੂਰੋ ਦਾ ਇਨਵੈਸਟ ਕੰਟਰੈਕਟ ਕੀਤਾ ਗਿਆ ਜਿਹਦੇ ਵਿੱਚ ਮਾਸਕ ਔਰ ਜਿਹੜੇ ਹੈਂਡ ਗਲਵਸ ਵਗੈਰਾ ਇਸ ਤਰ੍ਹਾਂ ਦੀ ਇਕੁਪਮੈਂਟ ਖਰੀਦੇ ਜਾਣਗੇ ਕਿ ਯਕੀਨੀ ਬਣਾਇਆ ਜਾ ਸਕਣ ਕਿਉਂਕਿ ਸਮਝ ਲੈਣੇ ਕਿ ਇਹ ਬਾਅਦ ਵਿੱਚ ਇਹਨਾਂ ਦੀ ਤਦਾਦ ਜਿਹੜੀ ਹੈ ਵਧਣੀ ਹੈ ਜਿਹੜੇ ਕੰਜ਼ਿਊਮ ਹੋਣੇ ਨੇ ਗਲਵਸ ਵਗੈਰਾ ਮਾਸਕ ਵਗੈਰਾ ਇਹਨਾਂ ਤਦਾਦ ਸੇ ਯਾਨੀ ਕਿ ਇਹਨਾਂ ਦੀ ਸ਼ਾਰਟੇਜ ਵੱਧ ਜਾਣੀ ਹੈ ਇਸ ਕਰਕੇ ਇਹ ਨਵਾਂ ਮਾਅਦਾ ਕੀਤਾ ਗਿਆ ਹੈ 350 350 ਮਿਲੀਅਨ ਦਾ ਜਿਹਦੇ ਵਿੱਚੋਂ 97 ਮਿਲੀਅਨ ਆਲਰੇਡੀ ਪੇ ਕਰ ਦਿੱਤੇ ਗਏ ਨੇ ਗਲਵਜ਼ ਔਰ ਇਹਨਾਂ ਮਾਸਕ ਵਗੈਰਾ ਦੇ ਲਈ ਗੱਲ ਕਰੀਏ ਟੋਰਿਨੋ ਦੀ ਤੇ ਟੋਰਿਨੋ ਦੇ ਵਿੱਚ ਨਰਸਿਸ ਨੇ ਆਪਣਾ ਇਤਿਹਾਜ ਕੀਤਾ ਹੈ ਨਰਸਿਸ ਨੇ ਇਤਿਹਾਜ ਕੀਤਾ ਡਾਕਟਰਸ ਨੇ ਇਤਿਹਾਜ ਕੀਤਾ ਕਿ ਪ੍ਰੋਪਰ ਮੈਡੀਕਲ ਦੀ ਸਹੂਲਤਾਂ ਨਾ ਹੋਣ ਦੀ ਵਜ੍ਹਾ ਨਾਲ ਉਹਨਾਂ ਨੇ ਇਤਿਹਾਜ ਕੀਤਾ ਅੱਜ ਸਵੇਰ ਸਵੇਰ ਦੇ ਟਾਈਮ ਤੇ ਤੇ ਗੱਲ ਕਰੀਏ डब्ल्यूएचके एचओ दे अ रिस्पोंसिबल उन्होंने किया माइक रियान ने उन्होंने कहा कि ਸਾਡੇ ਕੋਲ ਸਾਡੇ ਅੱਗੇ ਇੱਕ ਮਾਡਲ ਸਵਿਡਨ ਦਾ ਵੀ ਹੈ ਕਿ ਜਿਨ੍ਹਾਂ ਨੇ ਲਾਕਡਾਊਨ ਪ੍ਰੋਪਰ ਨਹੀਂ ਕੀਤਾ ਹੈ ਉਹ ਦੇ ਬਾਵਜੂਦ ਉਹਨਾਂ ਨੇ ਹਾਲਾਤ ਸੰਭਾਲ ਲਏ ਨੇ ਉਹਨਾਂ ਦੇ ਹਾਲਾਤ ਸੰਭਲਦੇ ਨਜ਼ਰ ਆਏ ਅਤੇ ਆਰੇ ਨੇ ਸਾਡੇ ਕੋਲ ਇੱਕ ਮਾਡਲ ਹੈ ਵੈਸਿਸਨੂ ਵੀ ਇਹਦੇ ਬਾਰੇ ਵੀ ਅ ਮਜ਼ੀਦ ਸੀਰੀਅਸ ਹੋ ਕੇ ਅਸੀਂ ਸੋਚ ਸਕਦੇ ਹਾਂ ਇਹਦੇ ਬਾਰੇ ਦੇਖ ਸਕਦੇ ਹਾਂ ਕਿਉਂਕਿ ਉਹਦੇ ਵਿੱਚ ਨੁਕਸਾਨ ਬਿਲਕੁਲ ਨਹੀਂ ਹੋਇਆ ਤੇ USA ਦੇ ਵਿੱਚ ਅੱਜ 2500 ਤੇ ਪਲੱਸ ਬੰਦੇ ਜਿਹੜੇ ਨੇ ਇਹ ਇਨਫੈਕਟਡ ਹੋ ਫੌਥ ਹੋਏ ਨੇ ਪਲੱਸ 60 ਹਜ਼ਾਰ ਤੋਂ ਉੱਤਰ ਦਦਾਤ ਹੋ ਚੁੱਕੇ ਮਰਨ ਵਾਲਿਆਂ ਦੀ ਤੇ USA ਨੇ ਫੇਰ ਦੁਬਾਰਾ ਇੱਕ ਦਫਾ ਫੇਰ ਇਲਜ਼ਾਮ ਲਗਾਣ ਦੇ ਹੋਏ ਚੀਨ ਨੇ ਤੇ ਕਿਹਾ ਤੇ ਉਹਨਾਂ ਉਹਨਾਂ ਤੋਂ ਉਹਨਾਂ ਨੂੰ ਸਖਤ ਕਨਸੀਕਵੈਂਸਿਸ ਯਾਨੀ ਕਿ ਇਡੈਂਟੀਟੀ ਸਖਤ ਬਹੁਤ ਨਿਪੋਣਗੇ ਇਹਦੇ ਬਾਅਦ ਅਕਸ ਫਰਾਂਸ ਨੇ ਜਿਹੜਾ ਉਹਨਾਂ ਨੇ ਫਰਾਂਸ ਦੇ ਸਾਇੰਸਦਾਨਾ ਨੇ ਸਰਚ ਕੀਤੀ ਹੈ ਕਿ ਉਹਨਾਂ ਨੇ ਉਹਨਾਂ ਸਰਚ ਦੇ ਨਤੀਜੇ ਵਿੱਚ ਉਹਨਾਂ ਫਰਾਂਸ ਦੇ ਜਿਹੜੇ ਸਾਇੰਟਿਸਟ ਨੇ ਉਹਨਾਂ ਨੇ ਕਿਹਾ ਕਿ ਜਿਹੜਾ ਕੋਵਿਡ-19 ਦਾ ਫਰਾਂਸ ਦੇ ਵਿੱਚ ਪਾਇਆ ਗਿਆ ਨਮੂਨਾ ਇਹ ਚਾਈਨਾ ਔਰ ਇਟਾਲੀਆ ਦੇ ਨਮੂਨੇ ਤੋਂ ਅਲੱਗ ਹੈ ਇਹ ਕਿਸੇ ਹੋਰ ਕਿਸੇ ਹੋਰ ਇਹ ਚਾਈਨਾ ਤੋਂ ਆਇਆ ਹੋਇਆ ਕੋਵਿਡ-19 ਦਾ ਜਿਹੜਾ ਜਰਸੀ ਵਿੱਚ ਜਿਹੜਾ ਬੈਕਟੀਰੀਆ ਹੈ ਇਹ ਉਹਦੇ ਨਾਲ ਮੈਚ ਨਹੀਂ ਕਰਦਾ ਇਹ ਡਿਫਰੈਂਟ ਟਾਈਪ ਦਾ ਹੋਣਕਾ ਹੈ ਅਰਬ ਮੁਲਕਾਂ ਵਿੱਚੋਂ ਆਇਆ ਹੋਇਆ ਇੱਕ ਡਿਫਰੈਂਟ ਟਾਈਪ ਦਾ ਜਾਂ ਕਿਸੇ ਅਫਰੀਕਨ ਮੁਲਕਾਂ ਚੋਂ ਆਇਆ ਇੱਕ ਡਿਫਰੈਂਟ ਟਾਈਪ ਦਾ ਕੋਵਿਡ-19 ਹੈ ਇਹ ਇਹਦਾ ਸਾਰੀ ਦੁਨੀਆ ਤੇ ਜਿਹੜਾ ਫੈਲ ਰਿਹਾ ਹੈ ਇਹਦੇ ਤੋਂ ਮਰਾਦ ਹੈ ਕਿ ਜਿਹੜਾ ਸਾਰੀ ਦੁਨੀਆ ਤੋਂ ਫੈਲ ਲਿਆ ਚਾਇਨਾ ਜਿਹੜਾ ਕੋਵਿਡ-19 ਇਹ ਸਾਰਾ ਚਾਇਨਾ ਤੋਂ ਆਇਆ ਨਹੀਂ ਹੈ ਇਹ ਅਮਰੀਕਾ ਔਰ ਉਹਦੇ ਇਤਹਾਦੀ 40 ਮੁਲਕਾਂ ਦੇ ਬਾਰਖਸ ਜਿਨ੍ਹਾਂ ਨੇ ਇਰਜਾਨੇ ਦਾ ਕਿਹਾ ਹੋਇਆ ਕਿ ਅਸੀਂ ਇਰਜਾਨੇ ਦਾ ਦਾਅਵਾ ਕਰਾਂਗੇ ਚਾਇਨਾ ਤੋਂ ਹੈ ਉਹਦੇ ਬਾਰਖਸ ਇਹ ਸਾਇੰਸ ਦੀ ਜਿਹੜੀ ਤਕੀਕ ਆਈ ਹੈ ਫਰਾਂਸ ਦੀ ਕਿ ਉਹਨਾਂ ਨੇ ਕਿਹਾ ਕਿ ਚਾਇਨਾ ਜਿਹੜਾ ਚਾਇਨਾ ਤੇ ਜਿਹੜਾ ਕੋਵਿਡ-19 ਦਾ ਬੈਕਟੀਰੀਆ ਜਿਹੜਾ ਉਹ ਫਰਾਂਸ ਦੇ ਵਿੱਚ ਨਹੀਂ ਆਇਆ ਹੈ ਤੇ ਗੱਲ ਕਰੀਏ ਸੀ ਇੰਡੀਆ ਦੀ ਤੇ ਇੰਡੀਆ ਦੇ ਵਿੱਚ ਯੂਐਸ ਫਾਰਮਾ ਫਾਰਮਾ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਕੋਵਿਡ-19 ਦਾ ਡਰੱਗਸ ਜਿਹੜਾ ਹੈ ਮੈਡੀਸਿਨ ਜਿਹੜੀ ਹੈ ਉਹ ਬਣਾ ਲਈ ਹੈ ਔਰ ਉਹਨਾਂ ਨੇ ਕਿਹਾ ਕਿ ਸਾਡੇ ਤਜਰਬੇ ਜਿਹੜੇ ਨੇ ਇਨੀਸ਼ੀਅਲ ਕਾਮਯਾਬ ਨੇ ਔਰ ਇਹ ਦੇ ਇਹਦੇ ਬਾਰੇ ਹੈਲਥ ਮਿਨਿਸਟਰ ਆਫ ਇੰਡੀਆ ਨੇ ਕਿਹਾ ਹੈ ਕਿ ਇਹ ਜਿਹੜੇ ਨੇ ਅਜੇ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਇਹ ਅਜੇ अर्ली ਸਟੇਜਸ ਹੈ ਇਹਦੇ ਟੈਸਟ ਹੋਏ ਨੇ ਤੇ مزید ਇਹਦੇ ਬਾਰੇ ਅਜੇ ਅਨਾਉਂਸ ਕੁਛ ਨਹੀਂ ਕੀਤਾ ਜਾ ਸਕਦਾ ਵੀ ਜਿਹੜਾ ਡਰਗਸ ਵਗੈਰਾ ਜਿਹੜੀ ਮੈਡੀਸਨ ਵਗੈਰਾ ਤਿਆਰ ਹੋਈ ਹੈ ਤੇ ਪ੍ਰਾਈਮ ਮਿਨਿਸਟਰ ਅੱਜ ਪਾਕਿਸਤਾਨ ਦੇ ਵਿੱਚ ਰਾਤੀ 12 ਵਜੇ ਨਵੀਆਂ ਜਿਹੜੀ ਕੀਮਤਾਂ ਨੇ ਪੈਟਰੋਲ ਦੀਆਂ ਡੀਜ਼ਲ ਦੀਆਂ ਉਹਦਾ ਇਤਲਾਕ ਹੋ ਜਾਏਗਾ ਜਿਵੇਂ ਅਸੀਂ ਕੱਲ ਦੱਸਿਆ ਸੀ ਤੇਤਰੀ ਵਿਚਰਾਂ ਨੂੰ ਮੇਰੇ ਪਾਸੇ ਡੀਜ਼ਲ ਘੱਟ ਹੋਵੇਗਾ 24 ਰੁਪਏ 18 ਪੈਸੇ ਪੈਟਰੋਲ ਘੱਟ ਹੋਵੇਗਾ ਤੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਨੇ ਕਿਹਾ ਕਿ ਹਸਪੀਟਲਸ ਵਗੈਰਾ ਦੀ ਹਾਲਾਤ ਬਿਹਤਰਤਾ ਦੇ ਹੋ ਸਕਦੇ ਨੇ ਜੇ ਜਿਤਨੇ ਵੀ ਵਜ਼ੀਰ ਤੇ مشیر ਜਿਹੜੇ ਨੇ ਜਿਹੜੇ ਅਸ਼ਰਾਫੀਆਂ ਨੇ ਜਿਹ ਉਹਨਾਂ ਦੇ ਇਲਾਜ ਵਗੈਰਾ ਪਾਕਿਸਤਾਨ ਉਹਨਾਂ ਨੇ ਕਿਹਾ ਕਿ ਪਹਿਲੇ ਟੈਕਸ ਦੇ ਪੈਸੇ ਦੇ ਉੱਤੇ ਜਿਹੜਾ ਟੈਕਸ ਦੇ ਪੈਸੇ ਉੱਤੇ ਦਿੱਤਾ ਹੈ ਬਾਹਰ ਜਗ੍ਹਾ ਇਲਾਜ ਕਰੰਦੇ ਨੇ ਉਹਦੇ ਲਈ ਉਹਦੇ ਨਾਲੋਂ ਚੰਗਾ ਸੀ ਉਹ ਟੈਕਸ ਦਾ ਪੈਸਾ ਇੱਥੇ ਪਾਕਿਸਤਾਨ ਦੇ ਵਿੱਚ ਲਾਇਆ ਜਾਂਦਾ ਤੇ ਪਾਕਿਸਤਾਨ ਦੇ ਵਿੱਚ ਅੱਛੀ ਮੈਡੀਕਲ ਦੀ ਫੈਸਿਲਿਟੀਜ਼ ਦਿੱਤੀ ਜਾਂਦੀ ਔਰ ਇੱਥੇ ਹੀ ਉਹ ਚੀਜ਼ਾਂ ਬਣਾਈਆਂ ਜਾਂਦੀਆਂ ਕਿ ਜਿੱਦੇ ਨਾਲ ਲੋਕਾਂ ਨੂੰ ਬਾਹਰ ਜਾਣ ਦੀ ਲੋੜ ਨਾ ਪੈਂਦੀ ਤੇ ਲਓ ਜੀ ਅਸੀਂ ਤੇ ਇਹਦੇ ਤੋਂ ਇਲਾਵਾ ਜਕਰ ਤੋਂ April ਦੇ ਬਾਰੇ ਜਿਹੜਾ ਕਿ ਅੱਜ ਅਨਾਉਂਸ ਹੋਣਾ ਸੀ ਇਹ ਜਕਰ ਤੋਂ April ਇਹਦਾ ਅੱਜ ਕੁਝ ਵੀ ਨਹੀਂ ਕਿਹਾ ਗਿਆ ਵੀ ਤੇ ਦੇਕ੍ਰੀਟੋ April ਹੈ ਜਿਹੜਾ ਦੇਕ੍ਰੀਟੋ ਮਾਝੀ ਹੋ ਗਿਆ ਹੁਣ ਦੇਕ੍ਰੀਟੋ ਤਾਂ ਮਾਝੀ ਜਿਹੜਾ ਹੁਣ ਉਹ ਆਵੇਗਾ ਉਮੀਦ ਹੈ ਅਗਲੇ ਕੁਝ ਦਿਨਾਂ ਵਿੱਚ ਤੇ ਮਮਕਨ ਹੈ ਸੈਟਰਡੇ ਸੰਡੇ ਤੱਕ ਆ ਸਕਦਾ ਹੈ ਲਾਕਡਾਊਨ ਲਿਫਟ ਹੋਣ ਤੋਂ ਪਹਿਲੇ ਤੇ ਫਿਲਹਾਲ ਲਈ ਇੰਨਾ ਹੀ ਤੇ ਮਿਲਾਂਗੇ ਅਗਲੀ ਵੀਡੀਓ ਵਿੱਚ ਫਿਰ ਆਮਾਨੋ